ਕਹਿੰਦੇ ਮਾਂ ਦੇ ਪੈਰਾਂ 'ਚ ਜੰਨਤ ਵਸਦੀ ਹੈ, ਮਾਵਾਂ ਦੇ ਪੈਰਾਂ 'ਚ ਜੰਨਤ ਵਸਦੀ। ਇੱਕ ਵਾਰ ਰੱਬ ਨੇ ਮਾਂ ਨੂੰ ਸਵਾਲ ਕੀਤਾ ਕਿ ਜੇ ਤੇਰੇ ਪੈਰਾਂ 'ਚ ਜੰਨਤ ਲੈ ਜਾਵਾਂ ਤੇ ਦੱਸ ਤੂੰ ਉਹਦੇ ਬਦਲੇ ਕੀ ਮੰਗੇਗੀ, ਜੇ ਮੈਂ ਤੇਰੇ ਪੈਰਾਂ 'ਚ ਜੰਨਤ ਲੈ ਜਾਵਾਂ ਦੱਸ ਤੂੰ ਉਹਦੇ ਬਦਲੇ ਕੀ ਮੰਗੇਗੀ। ਉਸ ਮਾਂ ਨੇ ਬੜਾ ਖੂਬਸੂਰਤ ਜਵਾਬ ਦਿੱਤਾ, ਉਹਨੇ ਆਖਿਆ ਕਿ ਜੇ ਤੂੰ ਮੇਰੇ ਪੈਰਾਂ 'ਚ ਜੰਨਤ ਲੈ ਕੇ ਜਾਣੀ ਤੇ ਬੇਸ਼ੱਕ ਲੈ ਜਾ, ਮੈਂ ਉਹਦੇ ਬਦਲੇ ਜਿਹੜੀ ਚੀਜ਼ ਮੰਗਾਂਗੀ ਉਹ ਇਹ ਹੈ, ਮੈਂ ਉਹਦੇ ਬਦਲੇ ਆਪਣੀ ਔਲਾਦ ਦਾ ਨਸੀਬ ਆਪਣੇ ਹੱਥ ਵਿੱਚ ਲਿਖਣਾ ਮੰਗਾਂਗੀ, ਕਿਉਂਕਿ ਜਿੱਥੇ ਮੇਰੀ ਔਲਾਦ ਖੁਸ਼ ਹੈ ਉਹੀਓ ਜਗ੍ਹਾ ਮੇਰੇ ਲਈ ਜੰਨਤ ਹੈ, ਉਹੀਓ ਜਗ੍ਹਾ ਮੇਰੇ ਲਈ ਸਵਰਗ ਹੈ, ਉਹੀਓ ਜਗ੍ਹਾ ਮੇਰੇ ਲਈ ਸਭ ਕੁਝ। ਜੰਨਤੀ ਉਹ ਲੋਕ ਜਿੰਨਾ ਮਾਵਾਂ ਰਾਜ਼ੀ ਰੱਖੀਆਂ, ਮਾਵਾਂ ਭਾਵੇਂ ਜੱਗ ਉੱਤੋਂ ਮੀਟ ਜਾਣ ਰੱਖੀਆਂ, ਮਰ ਕੇ ਵੀ ਮੰਗਦੀ ਏ, ਮਰ ਕੇ ਵੀ ਮੰਗਦੀ ਏ ਤੇਰੇ ਲਈ ਦੁਆ। ਜਦੋਂ ਮਾਵਾਂ ਮਰ ਜਾਂਦੀਆਂ ਕੋਈ ਨੀ ਕਹਿੰਦਾ ਪੁੱਤ ਛੇਤੀ ਘਰ, ਉਹ ਜਦੋਂ ਮਾਵਾਂ ਮਰ ਜਾਂਦੀਆਂ ਕੋਈ ਨੀ ਕਹਿੰਦਾ ਪੁੱਤ ਛੇਤੀ ਘਰਿਆ, ਕੋਈ ਵੀ ਨੀ ਕਹਿੰਦਾ ਕਿਉਂਕਿ ਮਾਂ ਬਾਪ ਤੋਂ ਸਿਵਾ ਤੇਰੀ ਜ਼ਰੂਰਤ ਕਿਸੇ ਨੂੰ ਨਹੀਂ। ਜਦੋਂ ਬੰਦਾ ਵਿਆਹਿਆ ਜਾਂਦਾ ਨਾ, ਸ਼ਾਮ ਨੂੰ ਘਰੇ ਆਉਂਦਾ ਉਹਦੀ ਪਤਨੀ ਉਹਨੂੰ ਕਹਿੰਦੀ ਹਾਂਜੀ ਕਿਆ ਕਮਾਇਆ, ਸ਼ਾਮ ਨੂੰ ਜਦੋਂ ਘਰੇ ਆਉਂਦਾ ਨਾ ਉਹਦੀ ਪਤਨੀ ਕਹਿੰਦੀ ਕਿਆ ਕਮਾਇਆ, ਉਹਦੇ ਬੱਚੇ ਕਹਿੰਦੇ ਕਿਆ ਲਾਇਆ। ਇੱਕ ਮਾਂ ਬਾਪ ਹੀ ਐਸੇ ਨੇ ਜਿਹੜੇ ਕਹਿੰਦੇ ਨੇ ਕਿ ਬੇਟਾ ਤੂਨੇ ਸੁਬੇ ਕਾ ਕੁਛ ਖਾਇਆ, ਸਵੇਰ ਦਾ ਕੁਛ ਖਾਧਾ ਕਿ ਨਹੀਂ ਖਾਧਾ, ਕਿਉਂਕਿ ਉਹਨਾਂ ਨੂੰ ਲੋੜ ਨਹੀਂ ਤੇਰੇ ਪੈਸੇ ਤੇਲੇ ਦੀ, ਉਹਨਾਂ ਨੂੰ ਲੋੜ ਹੈ ਤੇਰੀ ਸਿਹਤ ਦੀ, ਤੂੰ ਹੱਸਦਾ ਵੱਸਦਾ ਰਹੇ ਤੈਨੂੰ ਵੇਖ ਕੇ ਉਹ ਖੁਸ਼ ਹੁੰਦੀ। ਅੱਗੇ ਕੀ ਲਿਖਿਆ ਜ਼ਰਾ ਗੌਰ ਨਾਲ ਸੁਣੋ, ਇੱਕ ਛੋਟਾ ਜਿਹਾ ਬੱਚਾ ਹੁੰਦਾ ਉਹਦੀ ਮਾਂ ਗੁਜ਼ਰ ਜਾਂਦੀ ਹੈ, ਗੱਲ ਸੁਣਿਓ ਜ਼ਰਾ ਧਿਆਨ ਦੇ ਨਾਲ ਮੇਰੇ ਜਿੰਨੇ ਵੀਰ ਖੜੇ ਨੇ। ਇੱਕ ਛੋਟਾ ਜਿਹਾ ਬੱਚਾ ਉਹਦੀ ਮਾਂ ਗੁਜ਼ਰ ਜਾਂਦੀ, ਉਹਦਾ ਬਾਪ ਨਵੀਂ ਸ਼ਾਦੀ ਕਰ ਲੈਂਦਾ ਹੈ, ਤੇ ਜਦੋਂ ਨਵੀਂ ਸ਼ਾਦੀ ਕਰਦਾ ਹੈ ਤੇ ਇੱਕ ਦਿਨ ਆਪਣੇ ਬੱਚੇ ਨੂੰ ਸਵਾਲ ਪੁੱਛਦਾ ਕਿ ਬੇਟਾ ਮੈਨੂੰ ਇੱਕ ਗੱਲ ਦੱਸ, ਮੈਨੂੰ ਇੱਕ ਗੱਲ ਦੱਸ ਕਿ ਜਿਹੜੀ ਮਾਂ ਨੇ ਤੈਨੂੰ ਟਿੱਟੋ ਜੰਮਿਆ ਸੀ ਉਹਦੇ ਵਿੱਚ ਤੇ ਜਿਹੜੀ ਹੁਣ ਆਈ ਇਹਨਾਂ ਦੋਵਾਂ 'ਚ ਕੀ ਫਰਕ ਹੈ। ਕਹਿੰਦਾ ਜਿਹੜੀ ਨੇ ਤੈਨੂੰ ਟਿੱਟੋ ਜੰਮਿਆ ਸੀ ਉਹਦੇ 'ਚ ਤੇ ਜਿਹੜੀ ਹੁਣ ਆਈ ਹੈ ਇਹਨਾਂ ਦੋਵਾਂ 'ਚ ਕੀ ਫਰਕ ਹੈ। ਕਹਿੰਦਾ ਡੈਡੀ ਬਹੁਤ ਵੱਡਾ ਫਰਕ ਹੈ। ਕਹਿੰਦਾ ਕੀ ਫਰਕ ਹੈ? ਕਹਿੰਦਾ ਡੈਡੀ ਜਿੰਨੇ ਮੈਨੂੰ ਟਿੱਟੋ ਜੰਮਿਆ ਸੀ ਨਾ, ਜਿੰਨੇ ਮੈਨੂੰ ਟਿੱਟੋ ਜੰਮਿਆ ਸੀ ਉਹ ਝੂਠੀ ਸੀ ਇੱਕਦਮ, ਤੇ ਜਿਹੜੀ ਹੁਣ ਆਈ ਹੈ ਨਾ ਇੱਕਦਮ ਸੱਚੀ ਹੈ। ਉਹਦਾ ਬਾਪ ਬੜਾ ਹੈਰਾਨ ਹੁੰਦਾ, ਕਹਿੰਦਾ ਬੱਚਾ ਇਹਨੂੰ ਮੈਂ ਕੀ ਪੁੱਛਾਂ, ਕੀ ਪੁੱਛਾਂ ਇਸ ਬੱਚੇ ਨੂੰ, ਇਹ ਪਾਗਲ ਹੋ ਗਿਆ। ਕਹਿੰਦਾ ਨਹੀਂ ਡੈਡੀ ਮੈਂ ਪਾਗਲ ਨਹੀਂ ਹੋਇਆ, ਮੇਰੀ ਗੱਲ ਸੁਣਿਓ ਧਿਆਨ ਦੇ ਨਾਲ। ਕਹਿੰਦਾ ਜਿਹੜੀ ਮਾਂ ਨੇ ਮੈਨੂੰ ਟਿੱਟੋ ਜੰਮਿਆ ਸੀ ਨਾ ਉਹ ਝੂਠੀ ਸੀ ਇੱਕਦਮ, ਉਹ ਰੋਜ਼ ਮੈਨੂੰ ਕਹਿੰਦੀ ਹੁੰਦੀ ਸੀ ਕਿ ਜੇ ਤੂੰ ਅੱਜ ਟਾਈਮ ਸਿਰ ਖੇਡ ਕੇ ਸ਼ਾਮ ਨੂੰ ਘਰੇ ਵਾਪਸ ਨਹੀਂ ਆਇਆ ਤੇ ਤੈਨੂੰ ਰੋਟੀ ਨਹੀਂ ਮਿਲਣੀ, ਜੇ ਤੂੰ ਅੱਜ ਟਾਈਮ ਸਿਰ ਖੇਡ ਕੇ ਘਰੇ ਵਾਪਸ ਨਹੀਂ ਮੁੜਿਆ ਤੇ ਸ਼ਾਮ ਨੂੰ ਤੈਨੂੰ ਰੋਟੀ ਨਹੀਂ ਮਿਲਣੀ। ਕਹਿੰਦਾ ਡੈਡੀ ਫਿਰ ਵੀ ਮੈਨੂੰ ਸ਼ਾਮੀ ਲੱਭ ਲਵਾ ਕੇ ਮੇਰੇ ਮੂੰਹ ਵਿੱਚ ਬੁਰਕੀਆਂ ਪਾਉਂਦੀ ਸੀ, ਉਹ ਤਾਂ ਝੂਠੀ ਸੀ। ਕਹਿੰਦਾ ਜਿਹੜੀ ਹੁਣ ਆਈ ਹੈ ਨਾ ਇੱਕਦਮ ਸੱਚੀ ਹੈ, ਇਹ ਵੀ ਮੈਨੂੰ ਇਸ ਤਰ੍ਹਾਂ ਕਹਿੰਦੀ ਹੈ ਕਿ ਜੇ ਤੂੰ ਅੱਜ ਟਾਈਮ ਸਿਰ ਖੇਡ ਕੇ ਘਰੇ ਵਾਪਸ ਨਹੀਂ ਆਇਆ ਤੈਨੂੰ ਰੋਟੀ ਨਹੀਂ ਮਿਲਣੀ, ਜੇ ਤੂੰ ਅੱਜ ਟਾਈਮ ਸਿਰ ਖੇਡ ਕੇ ਘਰੇ ਵਾਪਸ ਨਹੀਂ ਮੁੜਿਆ ਤੇ ਤੈਨੂੰ ਰੋਟੀ ਨਹੀਂ ਮਿਲਣੀ। ਕਹਿੰਦਾ ਡੈਡੀ ਡੈਡੀ ਅੱਜ 3 ਦਿਨ ਹੋ ਗਏ ਨੇ ਮੈਨੂੰ ਰੋਟੀ ਨਹੀਂ ਦਿੱਤੀ, ਇੱਕਦਮ ਸੱਚੀ ਹੈ। ਮਾਂ ਔਰ ਬਾਪ, ਜੇ ਮਾਂ 3 ਟਾਈਮ ਦੀ ਰੋਟੀ ਬਣਾ ਕੇ ਸਾਨੂੰ ਦਿੰਦੀ ਤੇ ਬਾਪ ਸਾਰੀ ਉਮਰ ਦੀ ਰੋਟੀ ਲਿਆ ਕੇ ਸਾਨੂੰ ਦਿੰਦਾ, ਬਾਪ ਕਦੀ ਵੀ ਜਤਾਉਂਦਾ ਨਹੀਂ ਹੈ ਕਿ ਮੈਂ ਆਪਣੇ ਬੱਚੇ ਨੂੰ ਪਿਆਰ ਕਰਦਾ, ਮਾਂ 100 ਵਾਰੀ ਕਹਿ ਦਿੰਦੀ ਵੀ ਮੈਂ ਤੈਨੂੰ ਪਿਆਰ ਕਰਦੀ ਹਾਂ, ਬਾਪ ਨਹੀਂ ਕਹਿੰਦਾ। ਕੋਈ ਦੁੱਖ ਹੋਵੇ ਤਾਂ ਵੀ ਦਿਲ 'ਚ, ਕੋਈ ਸੁੱਖ ਹੋਵੇ ਤਾਂ ਵੀ ਦਿਲ 'ਚ। ਇਸ ਕਰਕੇ ਸਾਇੰਟਿਸਟ ਨੇ ਕਿਹਾ ਕਿ 98% ਜਿਹੜੇ ਬਾਪ ਨੇ, ਜਿਹੜਾ ਮਰਦ ਹੈ ਉਹ ਸਿਰਫ ਹਾਰਟ ਅਟੈਕ ਨਾਲ ਮਰ ਜਾਂਦਾ, ਕਿਉਂਕਿ ਦਿਲੋਂ ਕੱਢਦਾ ਹੀ ਕੁਝ ਨਹੀਂ ਬਾਹਰ, ਸਭ ਕੁਝ ਅੰਦਰ ਹੀ ਰੱਖਦਾ। ਬਾਪ ਲਈ ਕੀ ਲਿਖਿਆ ਹੈ? ਪਿਤਾ ਰੋਟੀ ਕਪੜਾ ਔਰ ਮਕਾਨ ਹੈ, ਪਿਤਾ ਨੰਨੇ ਸੇ ਪਰਿੰਦੇ ਕਾ ਬੜਾ ਆਸਮਾਨ ਹੈ, ਪਿਤਾ ਹੈ ਤੋ ਘਰ ਮੇ ਪ੍ਰਥੀ ਪਲ ਰਾਗ ਹੈ, ਪਿਤਾ ਸੇ ਮਾਂ ਕੀ ਚੂੜੀ ਬਿੰਦੀ ਔਰ ਸੁਹਾਗ ਹੈ, ਪਿਤਾ ਸੇ ਮਾਂ ਕੀ ਚੂੜੀ ਬਿੰਦੀ ਔਰ ਸੁਹਾਗ ਹੈ, ਪਿਤਾ ਹੈ ਤੋ ਸਾਰੇ ਸੁਪਨੇ ਹੈ, ਪਿਤਾ ਹੈ ਤੋ ਬਾਜ਼ਾਰ ਕੇ ਸਾਰੇ ਹੀ ਖਿਲੌਣੇ ਆਪਣੇ ਹੈ, ਪਿਤਾ ਹੈ ਤੋ ਬਾਜ਼ਾਰ ਕੇ ਸਾਰੇ ਹੀ ਖਿਲੌਣੇ। ਇਹ ਬਾਪ ਦਾ ਰੁਤਬਾ ਹੈ। ਅੱਗੋ ਕੀ ਲਿਖਿਆ ਹੈ? ਥਾਂ ਥਾਂ ਨੀ ਦਰਦ ਸੁਣਾਏ ਜਾਂਦੇ, ਥਾਂ ਥਾਂ ਨੀ ਦਰਦ ਸੁਣਾਏ ਜਾਂਦੇ, ਦਿਲ ਹੁੰਦੇ ਨੀ ਥਾਂ ਥਾਂ ਫੋਨ ਯਾਰੋ, ਉਸ ਚੀਜ਼ ਦੀ ਕਦਰ ਪਤਾ ਉਦੋਂ ਲੱਗੇ ਜਦੋਂ ਰਹਿੰਦੀ ਨਹੀਂ ਉਹ ਸਾਡੇ ਕੋਲ।
ਬਣ ਯਾਰੋ। ਕਹਿੰਦੇ ਜਿਹਨੂੰ ਬਿਨ ਮੰਗਿਆ ਸਭ ਕੁਝ ਮਿਲਿਆ ਉਹ ਕੀ ਜਾਣੇ ਕਦਰ ਕਿਹਨੂੰ ਕਹਿੰਦੇ। ਜਿਹਨੂੰ ਬਣੀ ਬਣਾਈ ਕੋਠੀ ਮਿਲ ਗਈ ਗੱਡੀ ਮਿਲ ਗਈ ਉਹਨੂੰ ਕੀ ਪਤਾ ਉਹਦੇ ਬਾਪ ਨੇ ਕਿੰਨੀਆਂ ਦਿਹਾੜੀਆਂ ਜਿਹੜੀਆਂ ਪਸੀਨੇ ਚ ਗੁਜ਼ਾਰੀਆਂ ਨੇ ਧੁੱਪ ਚ ਗੁਜ਼ਾਰੀਆਂ ਨੇ ਕਿਉਂਕਿ ਉਹਨੂੰ ਕੁਝ ਨਹੀਂ ਪਤਾ। ਜਿਹਨੂੰ ਬਿਨ ਮੰਗਿਆ ਸਭ ਕੁਝ ਮਿਲਿਆ ਉਹ ਕੀ ਜਾਣੇ ਕਦਰ ਕਿਹਨੂੰ ਕਹਿੰਦੇ ਨੇ। ਉਹ ਨੱਕ ਰਗੜ ਰਗੜ ਕੇ ਮੰਗਦੇ ਜਿਹੜੇ ਮਾਂ ਦੇ ਕੋਲੋਂ ਉਹਨਾਂ ਨੂੰ ਪੁੱਛ ਕੇ ਵੇਖੋ ਕਿ ਸਬਰ ਕਿਹਨੂੰ ਕਹਿੰਦੇ। ਅੱਜ ਖਾ ਲਈ ਕੱਲ ਖਾਧੀ ਨਹੀਂ ਪਰਸੋਂ ਖਾ ਲਈ ਫਿਰ ਚਾਰ ਦਿਨਾਂ ਬਾਅਦ ਖਾਧੀ ਇਹਨੂੰ ਕਹਿੰਦੇ ਸਬਰ। ਸਬਰ ਕਿਹਨੂੰ ਕਹਿੰਦੇ ਨੇ ਇਹਨੂੰ ਕਹਿੰਦੇ। ਅੱਗੋਂ ਕੀ ਲਿਖਿਆ ਥਾਂ ਥਾਂ ਨੀ ਦਰਦ ਸੁਣਾਏ ਜਾਂਦੇ ਦਿਲ ਹੁੰਦੇ ਨੀ ਥਾਂ ਥਾਂ ਫੋਲੀ ਯਾਰ ਉਸ ਚੀਜ਼ ਦੀ ਕਦਰ ਪਤਾ ਉਦੋਂ ਲੱਗੇ ਜਦੋਂ ਰਹਿੰਦੀ ਨਹੀਂ ਉਹ ਸਾਡੇ ਕੋਲ ਯਾਰ ਲੱਖ ਪਿਆਰ ਮੁਹੱਬਤਾਂ ਲੱਖ ਪਿਆਰ ਮੁਹੱਬਤਾਂ ਹੋਣ ਭਾਵੇਂ ਰੰਗ ਖੂਨ ਦਾ ਫਿੱਕਾ ਨਹੀਂ ਪੈ ਸਕਦਾ ਆਖਿਰ ਆਪਣੇ ਸਕੇ ਹੀ ਕੰਮ ਆਉਂਦੇ ਜਗ੍ਹਾ ਉਹਨਾਂ ਦੀ ਕੋਈ ਨਹੀਂ ਲੈ ਸਕਦਾ। ਉਹ ਕਿਵੇਂ ਜੋ ਚੜੀ ਤੇ ਚੜ ਕੇ ਉਤਰ ਗਈ ਉਹ ਝੂਠੀ ਖਮਾਰੀ ਕਿਸ ਕੰਮ ਦੀ ਜੋ ਵਕਤ ਤੇ ਧੋਖਾ ਦੇ ਜਾਵੇ ਉਹ ਦੱਸੋ ਸਵਾਰੀ ਕਿਸ ਕੰਮ ਦੀ ਜੋ ਵਕਤ ਤੇ ਧੋਖਾ ਦੇ ਜਾਵੇ ਉਹ ਦੱਸੋ ਸਵਾਰੀ ਕਿਸ ਕੰਮ ਦੀ ਜਿਹਦੇ ਵਿੱਚ ਨਾ ਗੁੱਜੀ ਗੱਲ ਰਹਿੰਦੀ ਉਹ ਦਿਲ ਦੀ ਪਟਾਰੀ ਕਿਸ ਕੰਮ ਦੀ ਨਿਰਦੋਸ਼ ਜੋ ਖਾ ਜਾਏ ਯਾਰ ਨੂੰ ਹੀ ਉਸ ਯਾਰ